ਬਲਗੀਧਰ ਦਸਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ, ਬਲਗੀਧਰ ਦਸਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ, ਵਿੱਚ ਸਰਹੰਦ ਜਾਲ ਮਾਂ ਫੜ ਕੇ, ਵਿੱਚ ਸਰਹੰਦ ਜਾਲ ਮਾਂ ਫੜ ਕੇ ਨੀਹਾਂ ਵਿੱਚ ਖਲਾਰੇ, ਬਲਗੀਧਰ ਦਸਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ, ਬਲਗੀਧਰ ਦਸਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ। ਸਰਹੰਦ ਦੇ ਵਿੱਚ ਜ਼ਬਰ ਜ਼ੁਲਮ ਸਿਦਕ ਸਬਰ ਦੀ ਲੜਾਈ, ਜ਼ਾਲਮ ਵਜੀਦਾ ਖਾਨ ਨਵਾਬ ਬੜੀ ਕੋਸ਼ਿਸ਼ ਕੀਤੀ ਇਸਨੇ ਛੋਟੇ ਸਾਹਿਬਜ਼ਾਦਿਆਂ ਨੂੰ ਵਰਗਲਾ ਕੇ, ਲਾਲਚ ਦੇ ਕੇ ਕਿਵੇਂ ਇਸਲਾਮ ਧਰਮ ਦੇ ਵਿੱਚ ਲਿਆਂਦਾ ਜਾਏ, ਹੋਰਾਂ ਦੇ ਡੋਲਿਆਂ ਦਾ ਲਾਲਚ ਦਿੱਤਾ, ਧਨ ਦੌਲਤ ਦਾ ਲਾਲਚ ਦਿੱਤਾ, ਇੱਥੋਂ ਤੱਕ ਆਖਿਆ ਕਿ ਤੁਹਾਨੂੰ ਪੀਰ ਬਣਾ ਦਿੱਤਾ ਜਾਏਗਾ, ਕਚਹਿਰੀ ਲੱਗੀ ਹੋਈ ਹੈ, ਇਸ ਕਚਹਿਰੀ ਦੇ ਵਿੱਚ ਵੇਖੋ ਕੈਸਾ ਇਨਸਾਫ ਪਿਆ ਹੁੰਦਾ ਹੈ, ਇੱਕ ਪਾਸੇ ਛੋਟੇ ਛੋਟੇ ਬੱਚੇ, ਮਾਸੂਮ ਜਿੰਦੜੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ, ਇੱਕ ਦੀ ਉਮਰ 7 ਸਾਲ ਦੀ ਹੈ, ਇੱਕ ਦੀ ਉਮਰ 9 ਸਾਲ ਦੀ ਹੈ, ਬਸ ਇਹਨਾਂ ਬੱਚਿਆਂ ਦਾ ਦੋਸ਼ ਇਹੀ ਗਿਣਿਆ ਜਾ ਰਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬੱਚੇ ਹਨ। ਵੇਖੋ ਇਨਸਾਫ ਕਿਸ ਪ੍ਰਕਾਰ ਕੀਤਾ ਜਾ ਰਿਹਾ ਹੈ। ਪਰ ਧਨ ਹੈ ਸਿਦਕ ਸਬਰ, ਬਾਣੀ ਵਿੱਚ ਮਹਾਰਾਜ ਕਹਿੰਦੇ ਹਨ, ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਇਤਿਹਾਸਕ ਵਾਰਤਾ ਹੈ ਇਹ, ਬੜੀ ਕੋਸ਼ਿਸ਼ ਕੀਤੀ ਇਹਨਾਂ ਬੱਚਿਆਂ ਨੂੰ ਈਨ ਮਨਾਵਣ ਦੇ ਵਾਸਤੇ, ਇਹਨਾਂ ਚੰਦ ਲਾਈਨਾਂ ਦੇ ਵਿੱਚ ਇਸ ਪ੍ਰਕਾਰ ਬਿਆਨ ਕੀਤਾ ਹੈ, ਬਲਗੀਧਰ ਦਸਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ, ਬਲਗੀਧਰ ਦਸਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ, ਵਿੱਚ ਸਰਹੰਦ ਜਾਲ ਮਾਂ ਫੜ ਕੇ, ਵਿੱਚ ਸਰਹੰਦ ਜਾਲ ਮਾਂ ਫੜ ਕੇ ਨੀਹਾਂ ਵਿੱਚ ਖਲਾਰੇ, ਬਲਗੀਧਰ ਦਸਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ, ਬਲਗੀਧਰ ਦਸਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ। ਜਾਲਮਾ ਬਹੁਤਾ ਜੋਰ ਲਗਾਇਆ, ਤਨ ਦੌਲ
वेद को मूल नहारे कलगीधर दशमेश पिता दे दोपहर जंद प्यारे कलगीधर दशमेश पिता दे दोपहर जंद प्यारे जदना मन्नी इन बालिका सुबह गुस्सा खाया जदना मन्नी इन बालिका सुबह गुस्सा खाया खोल किताब पढ़ी आयत फिर काजी फतवा लाया खोल किताब पढ़ी आयत फिर काजी फतवा लाया चिड़ द्योनी हां विच इनानू चिड़ द्योनी हां विच इनानू वेखण लोकी सारे कल भी घर दस मेष पिता दे दोपहर जंद प्यारे कलगीधर दशमेश पिता दे दोपहर जंद प्यारे पाके हुक्म जला दाने हुक्म जला दाने फिर कीती शुरू चिनाई सबर जुलम ते सिदक सबर दी हुंदी पई लड़ाई तक के इस जुलमी साके दशमेश पिता दे दोपहर जंद प्यारे कलगीधर दशमेश पिता दे दोपहर जंद प्यारे बिच सरहंद जालिमा फड़के बिच सरहंद जालिमा फड़के नीहा खलारे कलगीधर दशमेश पिता दे दोपहर जंद प्यारे कलगीधर दशमेश पिता दे दोपहर जंद प्यारे मखणा दे नाल पाली नाल पाली जोड़ी होड़ी देवस होई नौ ते सत साल दिया जिंदा निहा बीच समोई
ਘਰ ਦਸ਼ਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ ਕਲਗੀ ਘਰ ਦਸ਼ਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ ਵਿੱਚ ਸਰਹੰਦ ਜਾਲਮਾ ਫੜਕੇ ਵਿੱਚ ਸਰਹੰਦ ਜਾਲਮਾ ਫੜਕੇ ਨੀਹਾਂ ਵਿੱਚ ਖਲਾਰੇ ਕਲਗੀ ਘਰ ਦਸ਼ਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ ਕਲਗੀਧਰ ਦਸ਼ਮੇਸ਼ ਪਿਤਾ ਦੇ ਦੋ ਫਰਜੰਦ ਪਿਆਰੇ ਜਿਨ੍ਹਾਂ ਬੱਚਿਆਂ ਨੇ ਕਦੇ ਜ਼ਮੀਨ ਤੇ ਪੈਰ ਨਹੀਂ ਸੀ ਪਾਇਆ ਹਮੇਸ਼ਾ ਮਖਮਲ ਦੇ ਗੱਦਿਆਂ ਵਿੱਚ ਸੌਣ ਵਾਲੇ ਮੱਖਣ ਮਲਾਈਆਂ ਨਾਲ ਪਾਲੇ ਹੋਏ ਉਮਰਾਂ ਵੀ ਬੜੀਆਂ ਛੋਟੀਆਂ ਛੋਟੀਆਂ ਪਰ ਗੁੜਤੀ ਮਿਲੀ ਹੋਈ ਹੈ ਨਾਮ ਦੀ ਅਤੇ ਅੰਮ੍ਰਿਤ ਦੀ ਬੜਾ ਲਾਲਚ ਦਿੱਤਾ ਡਰਾਬੇ ਦਿੱਤੇ ਇੱਥੋਂ ਤੱਕ ਵੀ ਕਿਹਾ ਕਿ ਸੂਬੇ ਨੇ ਆਖਿਆ ਇਹ ਬੱਚਿਓ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਉਹ ਵੀ ਸ਼ਹੀਦ ਹੋ ਗਿਆ ਹੈ ਜਿਤਨੇ ਸਿੰਘ ਸਨ ਉਹ ਸਾਰੇ ਖਤਮ ਕਰ ਦਿੱਤੇ ਗਏ ਨੇ ਤੁਸੀਂ ਹੁਣ ਸਾਡੀ ਕੈਦ ਵਿੱਚ ਹੋ ਜੇ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀਂ ਕੀ ਕਰੋਗੇ ਆਹ ਵੇਖੋ ਜ਼ਰਾ ਅੰਮ੍ਰਿਤ ਦੀ ਸ਼ਕਤੀ ਉਮਰ ਦਾ ਤਕਾਜ਼ਾ ਨਹੀਂ ਅੰਮ੍ਰਿਤ ਦੀ ਸ਼ਕਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਇਹ ਛੋਟੇ ਛੋਟੇ ਬੱਚੇ ਕੀ ਜਵਾਬ ਦਿੰਦੇ ਨੇ ਆਖਣ ਲੱਗੇ ਕਿ ਸਾਨੂੰ ਪਹਿਲਾਂ ਤੇ ਇਹ ਉਮੀਦ ਹੀ ਨਹੀਂ ਕਿ ਤੂੰ ਸਾਨੂੰ ਛੱਡ ਦੇਵੇਂਗਾ ਸੂਬੇ ਨੂੰ ਕਿਹਾ ਪਹਿਲਾਂ ਤੇ ਸਾਨੂੰ ਉਮੀਦ ਨਹੀਂ ਕਿ ਤੂੰ ਸਾਨੂੰ ਛੱਡ ਦੇਵੇਂਗਾ ਪਰ ਜੇ ਕਿਧਰੇ ਤੂੰ ਛੱਡ ਵੀ ਦੇਵੇਂ ਅਸੀਂ ਬਾਹਰ ਜਾਵਾਂਗੇ ਹੋਰ ਸਿੰਘਾਂ ਨੂੰ ਤਿਆਰ ਕਰਾਂਗੇ ਅੰਮ੍ਰਿਤ ਛਕਾ ਕਰਕੇ ਫੌਜ ਤਿਆਰ ਕਰਾਂਗੇ ਤੇ ਉਹ ਫੌਜ ਜਦੋਂ ਤਿਆਰ ਬਰ ਤਿਆਰ ਹੋਵੇਗੀ ਫਿਰ ਜ਼ੁਲਮ ਦੇ ਟਾਕਰੇ ਤੇ ਆ ਕੇ ਮੈਦਾਨੇ ਜੰਗ ਵਿੱਚ ਡਟਾਂਗੇ ਭਾਵੇਂ ਪੋਰੀਆਂ ਪੋਰੀਆਂ ਕੱਟ ਕੇ ਸ਼ਹਾਦਤਾਂ ਕਿਉਂ ਨਾ ਪ੍ਰਾਪਤ ਕਰਨੀਆਂ ਪੈਣ ਅਖੀਰਲੇ ਦਮ ਤੱਕ ਜ਼ੁਲਮ ਦੇ ਖਿਲਾਫ ਲੜਦੇ ਰਹਾਂਗੇ ਇੱਥੇ ਇੱਕ ਗੱਲ ਹੋਰ ਵਰਣਨ ਯੋਗ ਹੈ ਜੋ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਇਹ ਗੱਲ ਸੁਣੀ ਤਾਂ ਮਲੇਰਕੋਟਲੇ ਦਾ ਨਵਾਬ ਅਸ਼ ਅਸ਼ ਕਰ ਉੱਠਿਆ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਲੇਕਿਨ ਕੋਲ ਹੀ ਖੜਿਆ ਸੀ ਸੁੱਚਾਨੰਦ ਦੀਵਾਨ ਕਹਿਣ ਲੱਗਾ ਇਹ ਨਵਾਬ ਸਾਹਿਬ ਸਭ ਦੇ ਬੱਚੇ ਹਮੇਸ਼ਾ ਸਭ ਹੀ ਹੁੰਦੇ ਹਨ ਇਹਨਾਂ ਦਾ ਮੂੰਹ ਬਾਹਰ ਕੱਢਣ ਤੋਂ ਪਹਿਲਾਂ ਪਹਿਲਾਂ ਹੀ ਸਿਰ ਫੇਰ ਦਿੱਤਾ ਜਾਣਾ ਚਾਹੀਦਾ ਹੈ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਤੇ ਫਤਵਾ ਵੀ ਕੀ ਲਾਇਆ ਨੀਹਾਂ ਦੇ ਵਿੱਚ ਦਿਓ ਜਿੰਦਾ ਹੀ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਧੰਨ ਉਹਨਾਂ ਦੀ ਸਿੱਖੀ ਧੰਨ ਬਖਸ਼ਿਸ਼ ਅੰਮ੍ਰਿਤ ਦੀ ਦਾਤ ਛੋਟੇ ਛੋਟੇ ਮਾਸੂਮ ਬੱਚਿਆਂ ਨੇ ਜਿੰਦਾ ਹੀ ਨੀਹਾਂ ਦੇ ਵਿੱਚ ਆਪਣੇ ਆਪ ਨੂੰ ਚਿਣਵਾਉਣਾ ਮਨਜ਼ੂਰ ਕਰ ਲਿਆ ਪਰ ਸਿਦਕ ਨਿਹਾਰਿਆ ਸਿਦਕ ਤੋਂ ਨਹੀਂ ਡੋਲੇ ਕਵੀ ਕਹਿੰਦਾ ਹੈ
ਹੁਣ ਵੀ ਪਈ ਸੁਨੇਹਾ ਦੇਂਦੀ ਉਹ ਦੀਵਾਰ ਪੁਰਾਣੀ ਹੁਣ ਵੀ ਪਈ ਸੁਨੇਹਾ ਦੇਂਦੀ ਉਹ ਦੀਵਾਰ ਪੁਰਾਣੀ ਜਿਸ ਦੇ ਵਿੱਚ ਛੁਪੀ ਬੈਠੀ ਐ ਪੰਥ ਤੇਰੀ ਜਿੰਦਗਾਨੀ ਨਿੱਕੀਆਂ ਜਿਉਂਦਾ ਵੱਡੇ ਸਾਕੇ ਦਸ਼ਮੇਸ਼ ਪਿਤਾ ਦੇ ਦੁਪਹਿਰ ਜਾਂਦ ਪਿਆਰੇ ਕਲਗੀਧਰ ਦਸ਼ਮੇਸ਼ ਪਿਤਾ ਦੇ ਦੁਪਹਿਰ ਜਾਂਦ ਪਿਆਰੇ ਵਿੱਚ ਸਰਹੰਦ ਜ਼ਾਲਿਮਾਂ ਫੜਕੇ ਵਿੱਚ ਸਰਹੰਦ ਜ਼ਾਲਿਮਾਂ ਫੜਕੇ ਨੀਹਾਂ ਵਿੱਚ ਖਲਾਰੇ ਕਲਗੀਧਰ ਦਸ਼ਮੇਸ਼ ਪਿਤਾ ਦੇ ਦੁਪਹਿਰ ਜਾਂਦ ਪਿਆਰੇ ਕਲਗੀਧਰ ਦਸ਼ਮੇਸ਼ ਪਿਤਾ ਦੇ ਦੁਪਹਿਰ ਜਾਂਦ ਪਿਆਰੇ ਕਲਗੀਧਰ ਦਸ਼ਮੇਸ਼ ਪਿਤਾ ਦੇ ਦੁਪਹਿਰ ਜਾਂਦ ਪਿਆਰੇ।